ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਿਆ ਸਭ ਨਾਲ ਬਲਾ ਸਮਰੱਥ ਸੁਆਮੀ ਸੋ ਕਿਉਂ ਮਨੋਣ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਵਰਨਾਦੇ ਸਾਚੇ ਸਾਰੇ ਬਾ ਕਿਆ ਮਨ ਕਰ ਤੇਰੇ ਘਰ ਤਾਂ ਤੇਰੇ ਸਭ ਕਿਚ ਹੈ ਜਿਸ ਦੇਹ ਸੋ ਪਾਵੇ ਸਦਾ ਚਿਤ ਸਲਾਹ ਤੇਰੇ ਨਾਮ ਮਨ ਵਰਤਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਨੀ ਕਰ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਚਿਤ ਕਰਤ ਭਾਗੇ ਕਰਤ ਭਾਗੇ ਸ਼ਬਦ ਵਾਜੇ ਕਲਾ ਅੰਜਿਤ ਕਰ ਧਾਰੀਆ ਪੰਚ ਦੂਤ ਸੁਧ ਵਸਤ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਤੇ ਨਾਮ ਹਰ ਕੈ ਸੁਣੀ ਸੱਚੀ ਬਾਣੀ ਸੰਤ ਸਾਜਨ ਤੇ ਤਰਸੇ ਪੂਰੇ ਗੁਰਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਜਾਂ ਧਾਰ ਜੀਓ ਸ੍ਰੀ ਗੁਰਧਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਨਾ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਆਓ ਫਰੀ ਸਾਂਝ ਪਾਈਏ ਵਾਹਿਗੁਰੂ ਜੀ ਖਾਲਸਾ। ਅੱਜ ਬੜਾ ਸੁਭਾਗਾ ਸਮਾਂ ਹੈ ਕਿ ਗੁਰੂ ਮਹਾਰਾਜ ਨੇ ਸਾਡੇ ਇਸ ਗ੍ਰਹਿ ਵਿਖੇ ਸਕੂਲ ਵਿਖੇ ਆਪਣੇ ਚਰਨ ਪਾ ਕੇ ਸਾਨੂੰ ਆਸ਼ੀਰਵਾਦ ਬਖਸ਼ਿਆ ਹੈ।
ਸਾਲ ਦੇ ਵਿੱਚ ਇੱਕ ਦਿਨ ਆਉਂਦਾ ਏ ਜਦੋਂ ਇਹਨਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਸੱਚੇ ਪਾਤਸ਼ਾਹ ਆਪ ਆਪਣਾ ਕੀਮਤੀ ਵਕਤ ਦੇ ਕੇ ਸਾਨੂੰ ਆਸ਼ੀਰਵਾਦ ਦੇਣ ਵਾਸਤੇ ਸਕੂਲ 'ਚ ਆਉਂਦਾ ਹੈ। ਉਸੇ ਲੜੀ ਵਿੱਚ ਅੱਜ ਸਕੂਲ ਦੇ ਅੰਦਰ ਅਧਿਆਪਕ ਸਾਥੀਆਂ ਵੱਲੋਂ ਪਿਆਰੇ ਵਿਦਿਆਰਥੀਆਂ ਵੱਲੋਂ ਮਿਲ ਕੇ ਨਿਮਾਣੀ ਕੋਸ਼ਿਸ਼ ਕੀਤੀ, ਗੁਰੂ ਮਹਾਰਾਜ ਦਾ ਤਰਲਾ ਲਿਆ ਔਰ ਗੁਰੂ ਮਹਾਰਾਜ ਨੇ ਸਾਡੇ 'ਤੇ ਰਹਿਮਤ ਕੀਤੀ ਔਰ ਸਾਨੂੰ ਚਰਨ ਪ੍ਰਸ਼ਨ ਦਾ ਮੌਕਾ ਦਿੱਤਾ। ਮੈਂ ਜਿੰਨੇ ਵੀ ਬਾਹਰੋਂ ਪਤਵੰਤੇ ਸੱਜਣ ਆਏ ਨੇ, ਵੱਖ ਵੱਖ ਸਕੂਲਾਂ ਦੇ ਮੁੱਖ ਅਧਿਆਪਕ ਸਾਹਿਬ, ਪ੍ਰਿੰਸੀਪਲ ਸਾਹਿਬਾਨ, ਸਟਾਫ, ਇਲਾਕੇ ਦੇ ਮੁਗਲਬਾਰ ਲੋਕ, ਸਰਪੰਚ, ਮੈਂਬਰ ਸਾਹਿਬਾਨ, ਹੋਰ ਸਾਰੀਆਂ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਕੀਮਤੀ ਵਕਤ ਕੱਢ ਕੇ ਇੱਥੇ ਸਾਡੇ ਕੋਲ ਹਾਜ਼ਰੀ ਲਵਾਈ, ਗੁਰੂ ਮਹਾਰਾਜ ਚਰਨ 'ਚ ਹਾਜ਼ਰੀ ਲਵਾਈ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਆਪਾਂ ਬੈਠੇ ਹਾਂ ਇਹ ਗੁਰੂ ਨਾਨਕ ਦੇਵ ਜੀ ਧਰਤੀ ਹੈ। ਆਪਾਂ ਸਾਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਨਿਰੰਕਾਰ ਸੱਚੇ ਪਾਤਸ਼ਾਹ ਆਪ ਖਾਲੜੇ ਵਿਖੇ ਆਏ ਸੀ। ਉਹਨਾਂ ਦੀ ਮਹਾਨ ਬਖਸ਼ ਸਦਕਾ ਇਸ ਸਕੂਲ ਦੇ ਉੱਪਰ, ਇਲਾਕੇ ਦੇ ਉੱਪਰ ਸ਼ੁਰੂ ਤੋਂ ਹੀ ਪਰਮਾਤਮਾ ਦਾ ਹੱਥ ਰਿਹਾ ਹੈ। ਇਸ ਸਕੂਲ ਦੇ ਵਿੱਚ ਜਿੰਨੇ ਵੀ ਅਧਿਆਪਕ ਸਾਹਿਬਾਨ ਆਏ, ਵਿਦਿਆਰਥੀ ਆਏ, ਸਾਰਿਆਂ ਨੇ ਆਪਣਾ ਪੂਰਾ ਤਾਨ ਲਾ ਕੇ ਆਪਣਾ ਆਪਣਾ ਕੰਮ ਕੀਤਾ ਔਰ ਅਧਿਆਪਕ ਸਾਹਿਬਾਨ ਜਿਹੜੇ ਸੀ ਉਹਨਾਂ ਨੂੰ ਇਸ ਧਰਤੀ 'ਤੇ ਸੇਵਾ ਕਰਕੇ ਮਾਣ ਮਹਿਸੂਸ ਹੋਇਆ ਔਰ ਬੱਚਿਆਂ ਨੇ ਇੱਥੋਂ ਵਿੱਦਿਆ ਹਾਸਲ ਕਰਕੇ ਬਹੁਤ ਉੱਚੀਆਂ ਪਦਵੀ ਬਹੁਤ ਸਹੂਲਤ ਹੈ। ਮੈਂ ਉਹਨਾਂ ਦਾ ਇਹੀ ਹੱਕ ਧੰਨਵਾਦੀ ਹਾਂ ਔਰ ਜਿਹੜੇ ਜੋਗੇ ਨੂੰ ਸਾਰਿਆਂ ਨੂੰ ਕੋਸ਼ਿਸ਼ ਹੁੰਦੀ ਆ। ਸਤਿਨਾਮ ਸਤਿਨਾਮ।